ਮੈਂ ਸੋਚਿਆ ਗੁਰਬਾਣੀ ਇਨ ਗੋਆ, ਫਿਰ ਜੀ ਉਹ ਆਇਆ ਸੀ ਗੋਆ ਦੋ ਤਿੰਨ ਦਿਨ ਪਹਿਲਾਂ ਉਹ ਚਸ਼ਮਾ ਟੇਕ ਆਇਆ ਚੁੱਕ ਲਿਆ ਉਸ ਵੇਲੇ ਅਨੇਕ ਪ੍ਰਕਾਰ ਦੀਆਂ ਕਰਕੇ ਪਕਵਾਨਾ ਬਣਾਉਣ ਦੇ ਵਾਸਤੇ ਚੁੱਲ੍ਹਿਆਂ ਤੇ ਕੜਾਹੇ ਧਰ ਦਿੱਤੇ ਸੀ। ਉਸ ਕੜਿਆਂ ਉੱਪਰ ਪਕਵਾਨ ਬਣਾਉਣ ਦੇ ਲਈ ਅਨੇਕ ਬਾਵਰਚੀਆਂ ਨੇ ਅਨੇਕ ਪ੍ਰਕਾਰ ਦੇ ਮਠਿਆਈ ਬਣਾਉਣੀ ਸ਼ੁਰੂ ਕੀਤੀ। ਬਹੁਤ ਹੀ ਸਾਰਾ ਨਿਕਲ ਜਾਏਗਾ।